ਮੈਨੂੰ ਜਦੋਂ ਨੌਜਵਾਨ ਇਕੱਠੇ ਹੁੰਦੇ ਮੈਨੂੰ ਵਿੱਕੀ ਮਿੰਟੂ ਖੇੜੇ ਦੀ ਯਾਦ ਆਉਂਦੀ ਹੁੰਦੀ ਹੈ। ਦੇਖੋ ਉਹਦੇ ਨਾਲ ਮੇਰਾ ਬਹੁਤ ਪਿਆਰ ਸੀ, ਇੱਕ ਤਾਂ ਸਾਡੇ ਇਲਾਕੇ ਦਾ ਸੀ, ਇੱਕ ਮੈਂ ਚੰਡੀਗੜ੍ਹ ਵੜਦਾ ਸੀ ਤਾਂ ਉਹ ਮੇਰੇ ਨਾਲ ਜੁੜਦਾ ਸੀ, ਨਾਲ ਹੀ ਆ ਜਾਂਦਾ ਸੀ। ਉਹਦੇ 'ਚ ਇੱਕ ਇਹੋ ਜਿਹੀ ਚੀਜ਼ ਸੀ ਜਿਹੜੀ ਨਾ ਮੈਂ ਦੇਖਿਆ ਬਹੁਤ ਘੱਟ ਲੋਕਾਂ 'ਚ ਦੇਖੀ ਹੈ, ਇੱਕ ਪਾਰਟੀ ਦੀ ਡੈਡੀਕੇਸ਼ਨ ਐਜ਼ ਅ ਹਿਊਮਨ ਬੀਇੰਗ ਬਹੁਤ ਵਧੀਆ ਸੀ। ਅਤੇ ਅੱਜ ਸਹੀ ਮੈਨੂੰ ਤਾਂ ਮੈਂ ਸਭ ਤੋਂ ਪਹਿਲੇ ਤਾਂ ਸ਼ਰਧਾਂਜਲੀ ਉਹਦੀ ਦੇਣੀ ਚਾਹੀਦੀ ਸੀ, ਪਰ ਮੈਂ ਆਪਣੇ ਦਿਲੋਂ ਮੈਂ ਫੀਲ ਕਰਦਾ ਕਿ ਉਹਦੀ ਬਹੁਤ ਵੱਡੀ ਘਾਟ ਆਪਾਂ ਨੂੰ ਹੈਗੀ, ਨਹੀਂ ਤਾਂ ਬਹੁਤ ਵੱਡੀਆਂ ਜ਼ਿੰਮੇਵਾਰੀ ਉਹ ਆਪ ਹੀ ਸੰਭਾਲ ਲੈਂਦਾ ਸੀ। ਚਲੋ ਫਿਰ ਵੀ ਆ ਜਿਹੜੀ ਟੀਮ ਹੈ ਤੁਸੀਂ ਸਾਰੇ ਇੱਕ ਰਲ ਮਿਲ ਕੇ ਸੱਚੀ ਸ਼ਰਧਾਂਜਲੀ ਆਈ ਹੋਊਗੀ ਜੇ ਆਪਾਂ ਇਲੈਕਸ਼ਨ ਜਿਤਾਈਏ। ਅਤੇ ਜਿਹੜੇ ਹੁਣ ਜਿਹੜਾ ਪਾਰਟੀ ਦਾ ਜਿਹੜਾ ਇਲੈਕਸ਼ਨ ਹੈ, ਕੌਣ ਕੌਣ ਪਾਰਟੀਆਂ ਕਿੱਥੇ ਮੇਨ ABPP ਹੈ, ਮੈਨੂੰ ਜਦੋਂ ਨੌਜਵਾਨ ਇਕੱਠੇ ਹੁੰਦੇ ਮੈਨੂੰ ਵਿੱਕੀ ਮਿੰਟੂ ਖੇੜੇ ਦੀ ਯਾਦ ਆਉਂਦੀ ਹੁੰਦੀ ਹੈ। ਦੇਖੋ ਉਹਦੇ ਨਾਲ ਮੇਰਾ ਬਹੁਤ ਪਿਆਰ ਸੀ, ਇੱਕ ਤਾਂ ਸਾਡੇ ਇਲਾਕੇ ਦਾ ਸੀ, ਇੱਕ ਮੈਂ ਚੰਡੀਗੜ੍ਹ ਵੜਦਾ ਸੀ ਤਾਂ ਉਹ ਮੇਰੇ ਨਾਲ ਜੁੜਦਾ ਸੀ, ਨਾਲ ਹੀ ਆ ਜਾਂਦਾ ਸੀ। ਉਹਦੇ 'ਚ ਇੱਕ ਇਹੋ ਜਿਹੀ ਚੀਜ਼ ਸੀ ਜਿਹੜੀ ਨਾ ਮੈਂ ਦੇਖਿਆ ਬਹੁਤ ਘੱਟ ਲੋਕਾਂ 'ਚ ਦੇਖੀ ਹੈ, ਇੱਕ ਪਾਰਟੀ ਦੀ ਡੈਡੀਕੇਸ਼ਨ ਐਜ਼ ਅ ਹਿਊਮਨ ਬੀਇੰਗ ਬਹੁਤ ਵਧੀਆ ਸੀ। ਅਤੇ ਅੱਜ ਸਹੀ ਮੈਨੂੰ ਤਾਂ ਮੈਂ ਸਭ ਤੋਂ ਪਹਿਲੇ ਤਾਂ ਸ਼ਰਧਾਂਜਲੀ ਉਹਦੀ ਦੇਣੀ ਚਾਹੀਦੀ ਸੀ, ਪਰ ਮੈਂ ਆਪਣੇ ਦਿਲੋਂ ਮੈਂ ਫੀਲ ਕਰਦਾ ਕਿ ਉਹਦੀ ਬਹੁਤ ਵੱਡੀ ਘਾਟ ਆਪਾਂ ਨੂੰ ਹੈਗੀ, ਨਹੀਂ ਤਾਂ ਬਹੁਤ ਵੱਡੀਆਂ ਜ਼ਿੰਮੇਵਾਰੀ ਉਹ ਆਪ ਹੀ ਸੰਭਾਲ ਲੈਂਦਾ ਸੀ। ਚਲੋ ਫਿਰ ਵੀ ਆ ਜਿਹੜੀ ਟੀਮ ਹੈ ਤੁਸੀਂ ਸਾਰੇ ਇੱਕ ਰਲ ਮਿਲ ਕੇ ਸੱਚੀ ਸ਼ਰਧਾਂਜਲੀ ਆਈ ਹੋਊਗੀ ਜੇ ਆਪਾਂ ਇਲੈਕਸ਼ਨ ਜਿਤਾਈਏ। ਅਤੇ ਜਿਹੜੇ ਹੁਣ ਜਿਹੜਾ ਪਾਰਟੀ ਦਾ ਜਿਹੜਾ ਇਲੈਕਸ਼ਨ ਹੈ, ਕੌਣ ਕੌਣ ਪਾਰਟੀਆਂ ਕਿੱਥੇ ਮੇਨ ABPP ਹੈ, ਮੈਨੂੰ ਜਦੋਂ ਨੌਜਵਾਨ ਇਕੱਠੇ ਹੁੰਦੇ ਮੈਨੂੰ ਵਿੱਕੀ ਮਿੰਟੂ ਖੇੜੇ ਦੀ ਯਾਦ ਆਉਂਦੀ ਹੁੰਦੀ ਹੈ। ਦੇਖੋ ਉਹਦੇ ਨਾਲ ਮੇਰਾ ਬਹੁਤ ਪਿਆਰ ਸੀ, ਇੱਕ ਤਾਂ ਸਾਡੇ ਇਲਾਕੇ ਦਾ ਸੀ, ਇੱਕ ਮੈਂ ਚੰਡੀਗੜ੍ਹ ਵੜਦਾ ਸੀ ਤਾਂ ਉਹ ਮੇਰੇ ਨਾਲ ਜੁੜਦਾ ਸੀ, ਨਾਲ ਹੀ ਆ ਜਾਂਦਾ ਸੀ। ਉਹਦੇ 'ਚ ਇੱਕ ਇਹੋ ਜਿਹੀ ਚੀਜ਼ ਸੀ ਜਿਹੜੀ ਨਾ ਮੈਂ ਦੇਖਿਆ ਬਹੁਤ ਘੱਟ ਲੋਕਾਂ 'ਚ ਦੇਖੀ ਹੈ, ਇੱਕ ਪਾਰਟੀ ਦੀ ਡੈਡੀਕੇਸ਼ਨ ਐਜ਼ ਅ ਹਿਊਮਨ ਬੀਇੰਗ ਬਹੁਤ ਵਧੀਆ ਸੀ। ਅਤੇ ਅੱਜ ਸਹੀ ਮੈਨੂੰ ਤਾਂ ਮੈਂ ਸਭ ਤੋਂ ਪਹਿਲੇ ਤਾਂ ਸ਼ਰਧਾਂਜਲੀ ਉਹਦੀ ਦੇਣੀ ਚਾਹੀਦੀ ਸੀ, ਪਰ ਮੈਂ ਆਪਣੇ ਦਿਲੋਂ ਮੈਂ ਫੀਲ ਕਰਦਾ ਕਿ ਉਹਦੀ ਬਹੁਤ ਵੱਡੀ ਘਾਟ ਆਪਾਂ ਨੂੰ ਹੈਗੀ, ਨਹੀਂ ਤਾਂ ਬਹੁਤ ਵੱਡੀਆਂ ਜ਼ਿੰਮੇਵਾਰੀ ਉਹ ਆਪ ਹੀ ਸੰਭਾਲ ਲੈਂਦਾ ਸੀ। ਚਲੋ ਫਿਰ ਵੀ ਆ ਜਿਹੜੀ ਟੀਮ ਹੈ ਤੁਸੀਂ ਸਾਰੇ ਇੱਕ ਰਲ ਮਿਲ ਕੇ ਸੱਚੀ ਸ਼ਰਧਾਂਜਲੀ ਆਈ ਹੋਊਗੀ ਜੇ ਆਪਾਂ ਇਲੈਕਸ਼ਨ ਜਿਤਾਈਏ। ਅਤੇ ਜਿਹੜੇ ਹੁਣ ਜਿਹੜਾ ਪਾਰਟੀ ਦਾ ਜਿਹੜਾ ਇਲੈਕਸ਼ਨ ਹੈ, ਕੌਣ ਕੌਣ ਪਾਰਟੀਆਂ ਕਿੱਥੇ ਮੇਨ ABPP ਹੈ,